अपनिया लत्तां ते पए डूंगे जख्मां नूं दिखा रही इस पीड़ित लड़की दी कहानी सुन तुहाडा वी दिल झंझोड़िया जावेगा। कदे इस दे नाम ते चौराहियां दे विच लगदे सी बोर्ड ते इक दिन दा कमाउंदी सी 10,000 रुपया। अज पाई पाई तो होई मोहताज अते कोई भैण भरा भी मूंह नहीं लाउंदा, सब ने साथ छड़िया क्योंकि इस पीड़ित लड़की नू कोई इक नहीं सगो सारे नशे लागे ने। चिट्टे दे नाल नाल टीके गोलियां कैप्सूलां दा भी इस्तेमाल कीता ते नशे करके इस दे अपने ने साथ छड़ दिता ते अज इस दी जिंदगी पूरे तरीके नाल बर्बाद हो चुकी है ते दर दर दी ठोकरां खाली मजबूर है। जिस दे चलदे इस पीड़ित लड़की ने अपनी हड बीती सुनाई कि कीवें ओह डांसर दा काम करदी सी ते अज किसे तरीके दे हालात ने ते ओह नशा भी छड़ना चाहुंदी है। एक ब्रदर ने, मम्मी पापा एक्सपायर हो चुके ने, वो अपने अपने घर ने, वो कदे मिले वरते नहीं है। जो पता लगा भी मैं नशे च पै गई हुई हाँ, मैं डांस का सिंगिंग का काम करती सी, बहुत ज्यादा ही मतलब कि मेरे बोर्ड लगे होंगे सी बटाले किसी टाइम ते, इन्नी सिंगिंग का काम सी मेरा, इन्ना इन्नी मार्केट सी डांस की, कुछ कह नहीं सी सकते। पैसे दिन दे मेरी 10,000 रुपया कमा लेंदी हुंदी सी डांस दा ते जागरण दे काम तो। हाँ जी, वो सारे नशे च ही उजाड़ते। मैं नशे च, मैं डांस लाइन च मेरी एक बहुत क्लोज फ्रेंड सी जिन्हें एक दिन मतलब इस तरह ही लोकल मेरा शो सी, मेरे को स्कूटरी हुंदी सी, मैनू कहिंदी आ थोड़ा जिहा चलीए घर, मैनू की पता सी वो नशा लगान जा रही है। ਉਹਨੇ ਉਹ ਲਗਾਉਣ ਦੀ ਸੀ ਵੀ, ਅਤੇ ਮੈਨੂੰ ਕਹਿੰਦੀ ਥੋੜ੍ਹਾ ਜਿਹਾ ਲਗਾ ਕੇ ਦੇਖ, ਮੈਂ ਮੈਨੂੰ ਲਗਾਉਣਾ ਨਹੀਂ ਆਉਂਦਾ। ਉਹਨੇ ਲਗਾ ਤਾ, ਜਿਉਂ ਉਹਨੇ ਲਗਾਇਆ ਉਹ ਇਸ ਤਰ੍ਹਾਂ ਦਾ ਲਗਾਇਆ ਕਿ ਉਹ ਮੈਨੂੰ ਪੱਕਾ ਹੀ ਲੱਗ ਗਿਆ। ਨਸ਼ਾ ਕੋਈ ਨਹੀਂ ਇਸ ਤਰ੍ਹਾਂ ਦਾ ਜਿਹੜਾ ਮੈਂ ਨਹੀਂ ਕੀਤਾ ਹੋਏਗਾ, ਜਿਸ ਤਰ੍ਹਾਂ ਡਰਿੰਕ ਲਗਾ ਲਓ, ਕੈਪਸੂਲ ਲਗਾ ਲਓ, ਭੰਗ ਲਗਾ ਲਓ ਜਾਂ ਚਿੱਟਾ ਲਗਾ ਲਓ, ਹਾਂਜੀ ਇੰਜੈਕਸ਼ਨ। ਹਾਂਜੀ, ਔਰਤ ਹੋ ਕੇ ਅਜਿਹਾ ਕਿਉਂ? ਇਸ ਕਰਕੇ ਜੇ ਇੱਕ ਵਜ੍ਹਾ ਇਹ ਵੀ ਹੈ ਕਿ ਮੇਰੇ ਪਰਿਵਾਰ ਨੇ ਮੇਰਾ ਸਾਥ ਛੱਡਤਾ ਔਖੇ ਟਾਈਮ 'ਤੇ, ਕਿਉਂਕਿ ਕਿਸੇ ਟਾਈਮ 'ਤੇ ਮੇਰੇ 'ਤੇ ਇਸ ਤਰ੍ਹਾਂ ਮਤਲਬ ਪੁਲਿਸ ਵਾਲਿਆਂ ਨੇ ਦਰਖਾਸਤ ਫੜ ਲਿਆ ਸੀ ਮੈਨੂੰ ਇਸ ਤਰ੍ਹਾਂ ਨਸ਼ੇ ਦੇ ਕੇਸ 'ਚ, ਅਤੇ ਉੱਥੇ ਫੋਨ ਉਹਨਾਂ ਨੇ ਕੀਤਾ ਮੇਰੀਆਂ ਸਿਸਟਰਾਂ ਨੂੰ, ਅਤੇ ਮੇਰੀਆਂ ਸਿਸਟਰਾਂ ਕਹਿੰਦੀਆਂ ਸਾਡੀ ਤਾਂ ਕੋਈ ਭੈਣ ਹੀ ਨਹੀਂ ਹੈ, ਮਰ ਗਈ ਸਾਡੇ ਵਾਸਤੇ। ਅਤੇ ਫਿਰ ਮੈਂ ਵੀ ਆਪਣੀਆਂ ਭੈਣਾਂ ਦਾ ਸਾਥ ਛੱਡਤਾ ਵੀ, ਜਿੰਨਾ ਚਿਕਰ ਮੈਂ ਪੈਸਾ ਦਿੰਦੀ ਸੀ, ਕਮਾਈ ਦਿੰਦੀ ਸੀ, ਉਨਾ ਚਿਕਰ ਮੈਂ ਉਹਨਾਂ ਦੀ ਭੈਣ ਸੀ। ਜਦੋਂ ਮੇਰੇ 'ਤੇ ਮੁਸੀਬਤ ਪਈ, ਵਿਆਹ ਮੇਰੀ ਹੋਇਆ ਸੀ ਛੋਟੀ ਏਜ 'ਚ ਮੇਰੇ ਪਾਪਾ ਨੇ ਕਰਤਾ ਸੀ, 13 ਸਾਲ ਦੀ ਸੀ, ਅਤੇ 17 ਸਾਲ ਦੀ ਉਮਰ 'ਚ ਮੇਰਾ ਡਿਵੋਰਸ ਵੀ ਹੋ ਗਿਆ ਸੀ। ਫਿਰ ਡਾਂਸ ਲਾਈਨ 'ਚ ਡੈਡੀ ਦੀ ਡੈਥ ਤੋਂ ਬਾਅਦ ਪੈ ਗਈ ਸੀ, ਕਿਉਂਕਿ ਘਰ ਦੀ ਜ਼ਿੰਮੇਵਾਰੀ ਮੇਰੇ 'ਤੇ ਪੈ ਗਈ ਸੀ, ਵੱਡੀ ਮੈਂ ਸੀ, ਭੈਣਾਂ ਦੇ ਵਿਆਹ ਕਰਨੇ ਸੀ। 2 ਸਾਲ ਹੋ ਗਏ ਮੈਨੂੰ ਦੇਹ ਵਪਾਲ 'ਚ, ਪੈਸੇ ਕੋਈ ਹੁਣ ਤਾਂ ਜ਼ਿਆਦਾ ਮਿਲਦੇ ਨਹੀਂ ਹੈਗੇ, ਕਿਉਂਕਿ ਸਰੀਰ ਮੂੰਹ ਦੇਖ ਕੇ ਤਾਂ ਕੋਈ ਮਿਲ ਲਏਗਾ, ਪਰ ਜਦੋਂ ਦੇਖਦੇ ਆ ਲੱਤਾਂ 'ਤੇ ਇੰਨੇ ਜ਼ਖਮ ਹੋਏ ਆ ਤਾਂ ਫਿਰ ਮਨਾ ਕਰ ਦਿੰਦੇ ਆ ਮਿਲਣ ਤੋਂ ਕਈ। ਹਾਂਜੀ, ਦੇਹ ਵਪਾਰ ਹੁਣ ਰਸਤਾ ਹੀ ਨਹੀਂ ਕੋਈ ਰਹਿ ਚੁੱਕਿਆ ਨਸ਼ਾ ਪੂਰਾ ਕਰਨ ਵਾਸਤੇ। ਕੀਤੀ ਬਹੁਤ ਵਾਰ ਮੈਂ, ਰੈੱਡ ਕਰੋਸ ਵੀ ਦਾਖਲ ਹੋ ਕੇ ਆਈ ਹੋਈ ਹਾਂ, ਇੱਥੋਂ ਓਟੀ ਤੋਂ ਵੀ ਦਵਾਈ ਖਾ ਕੇ ਦੇਖ ਚੁੱਕੀ ਹਾਂ, ਪਰ ਜਦੋਂ ਫਿਰ ਉਸ ਤਰ੍ਹਾਂ ਦੀ ਸੁਸਾਇਟੀ ਮਿਲ ਜਾਂਦੀ ਹੈ ਵੀ ਚਲਾ ਕੋਈ ਨਹੀਂ ਕੰਮ ਕਰੀਏ ਇਸ ਤਰ੍ਹਾਂ, ਫਿਰ ਦਿਲ ਕਰ ਪੈਂਦਾ ਚਲੋ ਕੋਈ ਨਹੀਂ ਕਰ ਲੈਂਦੇ ਹਾਂ, ਇੱਕ ਵਾਰੀ ਕਰ ਲੈਂਦੇ। ਜਦੋਂ ਇੱਕ ਵਾਰੀ ਕਰਨ ਲੱਗ ਪਓ ਫਿਰ ਦੁਬਾਰਾ ਮਤਲਬ ਇਹ ਪੱਕਾ ਲੱਗ ਜਾਂਦਾ। ਅਜਿਹਾ ਹੀ ਮਹਿਸੂਸ ਹੁੰਦਾ ਵੀ ਹੁਣ ਕੋਈ ਰਹਿ ਹੀ ਨਹੀਂ ਗਿਆ, ਜ਼ਿੰਦਗੀ ਦਾ ਜੀਣ ਦਾ ਮਕਸਦ ਹੀ ਨਹੀਂ ਕੁਛ ਰਹਿ ਚੁੱਕਿਆ ਹੈਗਾ। ਜਿਹੜੇ ਨਸ਼ਾ ਕਰ ਰਹੇ ਨੇ, ਮੈਂ ਤਾਂ ਕਹਿੰਦੀ ਜਿਹੜੇ ਹਜੇ ਸ਼ੌਂਕੀਆ ਤੌਰ 'ਤੇ ਕਰਦੇ ਪਏ ਨੇ ਉਹ ਬਿਲਕੁਲ ਹੀ ਦੂਰ ਹੋ ਜਾਣ, ਕਿਉਂਕਿ ਮੇਰੀ ਲਾਈਫ ਤਾਂ ਬਿਲਕੁਲ ਬਰਬਾਦ ਹੋ ਚੁੱਕੀ ਹੈ। ਅੱਜ ਕੱਲ੍ਹ ਦੇਖਦੇ ਕੋਈ ਖੇਤਾਂ 'ਚ ਟੀਕਾ ਲਾ ਕੇ ਮਰਿਆ ਹੁੰਦਾ, ਕੋਈ ਕਿਤੇ ਮਰਿਆ ਹੁੰਦਾ, ਆਪਣੀ ਜ਼ਿੰਦਗੀ ਨਾ ਖਰਾਬ ਕਰਨਾ। ਇੱਕ ਸਭ ਤੋਂ ਵੱਡਾ ਪਰਿਵਾਰ ਨੂੰ ਕਹਿਣਾ ਚਾਹਾਂਗੀ, ਜੇ ਕੋਈ ਤੁਹਾਡਾ ਬੱਚਾ ਨਸ਼ੇ 'ਚ ਲੱਗਾ ਹੋਇਆ ਵਾ, ਸਭ ਤੋਂ ਸਾਥ ਵੱਡਾ ਹੁੰਦਾ ਪਰਿਵਾਰ ਦਾ। ਜੇ ਪਰਿਵਾਰ ਨਾਲ ਹੋਏ ਤਾਂ ਬੱਚਾ ਕਦੇ ਨਹੀਂ ਨਸ਼ਾ ਕਰੇਗਾ, ਪਰਿਵਾਰ ਸਾਥ ਦੇਗਾ ਅਤੇ ਬੱਚੇ ਆਪਣੇ ਨੂੰ ਲੈ ਕੇ ਜਾਏਗਾ ਨਸ਼ਾ ਕੇਂਦਰ 'ਚ ਜਿਸਦਾ ਭਵਿੱਖ। ਹੁਣ ਮੇਰਾ ਕੋਈ ਰਹਿ ਹੀ ਨਹੀਂ ਚੁੱਕਿਆ, ਬਸ ਭਵਿੱਖ ਮੇਰਾ ਖਤਮ ਹੋ ਚੁੱਕਿਆ। ਆਸ ਕੁਛ ਵੀ ਨਹੀਂ ਹੁਣ ਰਹਿ ਗਈ, ਆਸ 'ਤੇ ਬਸ ਮੌਤ ਮੰਗਦੀ ਹਾਂ ਮੈਂ ਆਪਣੇ ਮੂੰਹੋਂ।
देखा जाए पंजाब दे विच नशा इस कदर वध चुकिया कि हुण लड़कियां दे मुकाबले लड़कियां भी नशे दी आदी हो चुकियां ने जो साडे पंजाब लई इक चिंता दा विशा बनिया होया। हकीकत टीवी पंजाबी लई गुरदासपुर तों अवतार सिंह दी रिपोर्ट।